آج لو بہت اوکھا جمع نکل ہی نہیں مڑی ماسا کل ٹھنڈا ہوں پھر بھی خوش نال پیٹیاں کھا لیا وہ ہو گیا بھائی میلا ہوں بہت بھرتا بھائی ہاں ٹرین سے ہوٹل لینا ٹرین سے رمال پہلے ہی مان لیا میلا ویکھن جانا پھر آنا کیویں آ ٹھیک ٹھاک ہاں جی استاد جی ہیلو لو جی شام ہو گئی تے اپاں پیڑ با بڈا صاحب تو گھر پہنچ گئے سی تے آ کے ریسٹ روسٹ کیتی آ تے ہن اشنان پانی گھر کیتا تے گل اویں آواز نہیں نکلدی ہن خوش دلپریت کہندے وی سانوں کوٹ سکھی اپنے پنڈ موچا ہوندا کل نوں میلا تے اج کل دے کھنڈ پاٹ صاحب پرکاش ہوئے آ تے اج ہے گا دوجا دن تے شام نوں اتھے چولے وغیرہ ہوندے آ ہوٹیاں ہاٹیاں نوں کیوں کل نوں انہاں نے سکول جانا تے کہندیاں اسی ہر سال ہی ویسے ਦੂਜੇ ਦਿਨ ਜਾਂਦੇ ਹੁੰਦੇ ਹਾਂ ਮੱਥਾ ਟੇਕਣ ਅਤੇ ਹੁਣ ਇਹ ਕਹਿੰਦੀਆਂ ਵੀ ਜਾਣਾ ਹੀ ਜਾਣਾ ਅਤੇ ਮੈਂ ਹੈਗਾ ਥੱਕਿਆ ਜਿਹਾ ਇਹ ਕਹਿੰਦੀਆਂ ਨਹੀਂ ਮੈਂ ਕਿਹਾ ਚੱਲ ਤਿਆਰ ਹੋਵੋ ਹੁਣ ਟਾਈਮ 6:15 ਹੋ ਗਏ ਆ ਅਤੇ ਹੁਣ ਇਹਨਾਂ ਦੇ ਨਾਲ ਚੱਲਦੇ ਤਾਂ ਮੇਰੀ ਆਵਾਜ਼ ਨਹੀਂ ਨਿਕਲਦੀ ਮੇਰਾ ਜ਼ੋਰ ਬਹੁਤ ਲੱਗੀ ਜਾਂਦਾ ਗੱਡੀ ਹੁਣ ਬਾਹਰ ਕੱਢੀ ਜਾਂਦੇ ਆਪਾਂ ਨਾਲੇ ਹਾਂਜੀ ਰੈਡੀਓ ਚੱਲੀਏ ਉਸਤਾਦ ਜੀ ਵੇਖਣਾ ਪਰ ਮੇਲਾ ਉਸਤਾਦ ਨੇ ਵੀ ਅੱਛਾ ਦਿਲ ਤਾਂ ਤੇਰਾ ਕਰਦਾ گڈی اج بہت دن بعد سیلف ماری میری ہو گئے 20-25 دن سٹارٹ ہو گئی ਮੈਂ ਕਿਤੇ ਬੈਟਰੀ ਨਾ ਸੌਂ ਗਈ ਹੋਵੇ ਔਰ ਟਾਈਮ ਹੀ ਨਹੀਂ ਲੱਗਾ ਮੇਰਾ ਚਲੋ ਹੁਣ ਤੁਹਾਨੂੰ ਮੇਲਾ ਦਿਖਾਉਂਦੇ ਹਾਂ ਦੁਕਾਨਾਂ ਲੱਗ ਗਈਆਂ ਨਾ ਥੋੜ੍ਹੀ ਥੋੜ੍ਹੀਆਂ ਕੱਲ੍ਹ ਨੂੰ ਆ ਸਾਰਾ ਹੀ ਭਰ ਜਾਣਾ ਇਹ ਤਾਂ ਅੱਜ ਤਾਂ ਹਜੇ ਦੁਕਾਨਾਂ ਆ ਹੀ ਜਾਂਦੀਆਂ ਹਾਂ ਕੱਲ ਨੂੰ ਮੇਲਾ ਵਾ ਸਮੇਣ ਪਕੌੜੇ ਨਿਕਲੀ ਜਾਂਦੇ ਖੁਸ਼ੇ ਜਲੇਬੀਆਂ ਨਿਕਲੀ ਜਾਂਦੀਆਂ ਕੱਲ ਨੂੰ ਤਾਂ ਲੰਘਿਆ ਨਹੀਂ ਜਾਣਾ ਇਹ ਆ ਜੀ ਮੋਛਾ ਪਿੰਡ ਕੋਟ ਸੁੱਕੇ ਦਾ ਬੜੇ ਮੋਛੇ ਦਾ ਬੜਾ ਚਾਅ ਹੁੰਦਾ ਸੀ ਹੁਣ ਵੀ ਚਾਅ ਵੈਸੇ ਪਰ ਛੋਟੇ ਹੁੰਦਿਆਂ ਨੂੰ ਬਾਲਾ ਹੁੰਦਾ ਸੀ ਉਦੋਂ 100-200 ਦਾ ਬਹੁਤ ਕੁਛ ਆ ਜਾਂਦਾ ਸੀ ਹੁਣ ਆਉਂਦਾ ਹੀ ਕੁਛ ਨਹੀਂ ਗਾ ਅੰਦਰ ਜਾਊ ਗੱਡੀ سال پچھو جانا ادھر ادھر ہی لا دئیے جگہ تو بہت ہے ہوٹل لینے کہ متا بعد ٹیکنا پہلا جھوٹے لینے ہیں لیا پہلے خوش کہ جھوٹے لینے ایتکی واہ میری نکلتی نہیں میلا بہت بار ہے نا بہت بہت آیا کافی ہے دیکھی بھائی پوری گھنٹ گل بات میلے کی تو این ودیا ہوا پہ سارا سسٹم اگے تھوڑا گھٹ آتا ہوں ہوں کافی ہے کام جہے نکے آ وہ چلتے ہیں نا ٹرین بالے ہیں گے گھوم فرن والے کلتے ہیں آدھے تو لینے نہیں انہوں نے ہاں وہ وا ہوں کچھ رمال پہلے مان لیا رہن دے چل کوئی نہیں کوئی چکر نہیں گا چل بھی کچھ ہے ٹرین تے چلا دے بھائی دوا دے گیڑا چلا دے کام چل بھی کچھ ਆਲੇ ਦਾ
ਚੱਲ ਚੱਲ ਕਰੋ ਫਨ ਕੱਲ ਠੰਡਾ ਹੁੰਦਾ ਫਿਰ ਵੀ ਲੈ ਖੁਸ਼ ਨਾਲ ਪੈਟੀਆਂ ਖਾ ਲਈਆਂ ਉਹਦੇ ਨਾਲ ਹੋ ਗਿਆ ਬਈ ਮੇਲਾ ਹੁਣ ਬਹੁਤ ਭਰਦਾ ਵੈ ਹੁਣ ਜ਼ਿਆਦਾ ਚੀਜ਼ਾਂ ਆਉਣੀਆਂ ਪੂਰਾ ਮਾਹੌਲ ਛੋੜਾ ਕੱਲ ਨੂੰ ਪੂਰਾ ਮੇਲਾ ਬਣੂਗਾ ਬਈ ਮੇਰੀ ਆਵਾਜ਼ ਮਾਸਾ ਨਹੀਂ ਨਿਕਲਦੀ ਇੰਨਾ ਜ਼ੋਰ ਲਾਉਣਾ ਪੈਂਦਾ ਮੈਨੂੰ ਬਹੁਤ ਜ਼ਿਆਦਾ ਕੀ ਹੋ ਗਿਆ ਜੰਪਿੰਗ ਉਹ ਆ ਜਾ ਥੱਕ ਜਾਏਗਾ ਤੜਕੇ ਲੱਤਾਂ ਦੁਖਣਗੀਆਂ ਮੈਨੂੰ ਤਾਂ ਕੀ ਆ ਹੈ ਖੁਸ਼ ਆ ਲੈ ਲਓ ਉਹ ਦੇ ਲੈ ਹੋਰ ਲਾਇਆ ਲਾਲਾ 2 ਮਿੰਟ ਮੁੜ ਕੇ ਮੈਂ ਥੱਕ ਜਾਊਂਗੀ ਆ ਥੱਕ ਗਈ ਸੱਜਦਾ ਪਿਆ ਕੱਲ ਤੱਕ ਸੱਜੂਗਾ ਹਨਾ ਐਦਾਂ ਲਾਉਂਦੇ ਪਏ ਐਦਾਂ ਵਿਚਾਰੇ ਸੈਟਿੰਗ ਕਰਦੇ ਪਏ ਆ ਕੱਲ ਨੂੰ ਲਾਉਣਗੇ ਇੱਧਰ ਤਾਂ ਹੈਗਾ ਥੋੜਾ ਜਿਹਾ ਇੱਧਰਲੇ ਪਾਸੇ ਕੀ ਅਜਾ ਸੈਲਫੀ ਲੈਣਾ ਉਸਤਾਦ ਨੇ ਇਹ ਤਾਂ ਬਹੁਤ ਕਾਲੇ ਜੇ ਹੋ ਜਾਂਦੇ ਆ ਇਹ ਤਾਂ ਫਾਇਦਾ ਨਹੀਂ ਕੋਈ ਗੱਲ ਲੈ ਲਾ ਕੀ ਹੈ ਲੈ ਲਾ ਖੁਸ਼ ਨੇ ਸ਼ੁਰੂਆਤ ਕਰਨੀ ਦੇਖ ਲਓ ਮੈਂ ਤਾਂ ਬਈ ਖਾਣੀ ਨੀ ਗੀ ਤੁਸੀਂ ਖਾਓ ਹੈ ਮੇਰਾ ਗੱਲ ਤਾਂ ਅੱਗੇ ਆਵਾਜ਼ ਤਾਂ ਨਿਕਲਦੀ ਨਹੀਂ ਪਈ ਜੀ ਹੈ ਕੁਛ ਆ ਮੈਂ ਵੀ ਖਾ ਲਾ ਨਹੀਂ ਭਰਾਵਾ ਮੈਂ ਨਹੀਂ ਖਾਣੀ ਠੰਡੀ ਆ ਗੱਲ ਤਾਂ ਅੱਗੇ ਮੇਰਾ ਆਵਾਜ਼ ਨਹੀਂ ਨਿਕਲਦੀ ਦਿਲ ਘੋੜੇ 'ਤੇ ਬਹਿ ਗਿਆ ਦਿਲ ਘੋੜੇ 'ਤੇ ਹੱਥ ਪਾਲਾ ਬੈਠਾ ਰਹਿ ਹੱਥ ਪਾਲਾ ਖੁਸ਼ ਹੱਥ ਪਾਲਾ ਸਾਰਿਆਂ ਦੇ ਫੋਟੋ ਲੈ ਕੇ ਜਾਊਗੀ ਚਲੋ ਇਸ਼ਨਾਨ ਕਰਨਾ ਲੈ ਹੁਡੇ ਸਾਡੇ ਦਵਾ ਤੇ ਬਈ ਹੁਣ ਪੂਰੇ ਖਵਾ ਪਿਆ ਦਿੱਤਾ ਤੇ ਹੁਣ ਮੱਥਾ ਟੇਕਦੇ ਆ ਫਿਰ ਚੱਲਦੇ ਆ ਹੌਲੀ ਵੈਸੇ ਤਾਂ ਤਿਲਕਣ ਹੈ ਨੀਗੀ ਹਾਂ ਕਰ ਲਓ 5 ਇਸ਼ਨਾਨ ਹੀ ਫਿਰ ਹੈ 5 ਇਸ਼ਨਾਨਾ ਮਹਾਂਗਿਆਨ ਕਰੋ ਵਾਹਿਗੁਰੂ ਇਹ ਆ ਜੀ ਕੋਟ ਸੁਖੀ ਦੀ ਗਊਸ਼ਾਲਾ ਵਾਹਿਗੁਰੂ ਸਭ ਦੀਆਂ ਆਸਾਂ ਮੁਰਾਦਾਂ ਭਾਵਨਾ ਪੂਰੀਆਂ ਕਰੇ ਹਾਂ ਗਊਸ਼ਾਲਾ ਦੇਖੀ ਤਾਂ ਹੈ ਤੁਸੀਂ ਚਲੋ ਵਾਹਿਗੁਰੂ ਸੱਚੇ ਧੰਨ ਸੰਤ ਬਾਬਾ ਮੋਹਨਦਾਸ ਮਹਾਰਾਜ ਮਿਹਰ ਕਰੇ
ਆਪਾਂ ਲੱਗਿਆ ਸੀ ਖਾਸ਼ ਕਹਿੰਦਾ ਵੀ ਭੋਰਾ ਸਾਹਿਬ ਚ ਜਾਣਾ ਹੀ ਆਣਾ ਹੈ ਚਲ ਬਹੁਤ ਸਲਾਮ ਚੱਲੀਏ ਚਲੋ ਜੀ ਵਾਹਿਗੁਰੂ ਦਰਸ਼ਨ ਮੇਲੇ ਕਰ ਲਏ ਕੱਲ ਨੂੰ ਵੇਖਾਂਗੇ ਫਿਰ ਮੇਲਾ ਅੱਜ ਇਹਨਾਂ ਨੂੰ ਵਿਖਾਦਾ ਮੇਲਾ ਚਲੋ ਬਈ ਵਾਹਿਗੁਰੂ ਬਈ ਚਲੋ ਜੀ ਪੂਰਾ ਇੰਜੋਏ ਕਰ ਲਿਆ ਲਓ ਜੀ ਮੱਥਾ ਵੀ ਡੇਗ ਲਿਆ ਇਹਨਾਂ ਨੂੰ ਝੂਟੇ ਝਾਟੇ ਵੀ ਦਵਾ ਦੇ ਤੇ ਟਾਈਮ ਵੱਜ ਗਏ ਹੁਣ 8:30 ਵਾਹਿਗੁਰੂ ਤਰੱਕੀਆਂ ਬਖਸ਼ੇ ਹੁਣ ਖੁਸ਼ ਲਓ ਜੀ ਘਰੇ ਆ ਗਏ ਜਲੇਬੀਆਂ ਵੀ ਲਿਆਤੀਆਂ ਜਲੇਬੀਆਂ ਖਾਣੀਆਂ ਹਾਂ ਗਰਮ ਗਰਮ ਸੀ ਸਵਾਦ ਆ ਖਾਲੋ ਤੜਕੇ ਨੂੰ ਹੋਰ ਹੀ ਹੋ ਜਾਣਾ ਉੱਪਰ ਜਾ ਕੇ ਦੁੱਧ ਪਲੇਟ ਚ ਪਾ ਲੋ ਤੰਬੂਰੀ ਦਾ ਸਵਾਦ ਆ 8:30 ਹੋ ਗਏ ਤਾਂ ਹਾਂਜੀ ਵਾਹ ਪੂਰਾ ਹੋ ਗਿਆ ਇੱਥੇ ਅੰਡਾ ਦਿਨੇ ਮਿਲਦੇ ਹਾਂ ਤੁਹਾਨੂੰ ਮੋਰਨਿੰਗ ਟਾਈਮ